ਦੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਅੰਤਿਮ ਪਾਵਨ ਸਰੂਪ ਅੱਜ ਭਾਰਤ ਪਹੁੰਚਣਗੇ। ਅਫਗਾਨ ਸਿੱਖ ਭਾਈਚਾਰੇ ਦੇ 3 ਮੈਂਬਰਾਂ ਨਾਲ ਕਾਬੁਲ ਤੋਂ ਪਾਵਨ ਸਰੂਪ ਨੂੰ ਜਿਹੜਾ ਭਾਰਤ ਲੈ ਕੇ ਆ ਜਾਏਗਾ। ਸੋ ਦੱਸ ਦਈਏ ਤੁਹਾਨੂੰ ਕਿ ਅਫਗਾਨ ਸਿੱਖ ਭਾਈਚਾਰੇ ਦੇ 3 ਮੈਂਬਰਾਂ ਨਾਲ ਕਾਬੁਲ ਤੋਂ ਦਿੱਲੀ ਪਹੁੰਚਣਗੇ ਪਾਵਨ ਸਰੂਪ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਫਲਾਈਟ ਰਾਹੀਂ ਭਾਰਤ ਪਹੁੰਚ ਰਹੇ ਨੇ। ਅਤੇ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਵੱਲੋਂ ਭਾਰਤ ਅਤੇ ਅਫਗਾਨਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ। ਸੋ ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਅੰਤਿਮ ਆਖਰੀ ਪਾਵਨ ਸਰੂਪ ਸੀ ਜਿਹੜੇ ਉਹ ਅੱਜ ਭਾਰਤ ਪਹੁੰਚਣਗੇ। ਸੋ ਅਫਗਾਨ ਸਿੱਖ ਭਾਈਚਾਰੇ ਦੇ 3 ਮੈਂਬਰਾਂ ਦੇ ਨਾਲ ਕਾਬੁਲ ਤੋਂ ਦਿੱਲੀ ਪਹੁੰਚਣਗੇ ਪਾਵਨ ਸਰੂਪ। ਅਤੇ ਫੋਨ ਲਾਈਨ 'ਤੇ ਸਾਡੇ ਸਹਿਯੋਗੀ ਪਰਮਵੀਰ ਔਲਖ ਸਾਡੇ ਨਾਲ ਜੁੜੇ ਨੇ। ਪਰਮ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਅੰਤਿਮ ਸਰੂਪ ਜਿਹੜੇ ਅੱਜ ਭਾਰਤ ਪਹੁੰਚ ਰਹੇ ਨੇ, ਕੀ ਅਹਿਮ ਜਾਣਕਾਰੀ ਹੈ? ਬਿਲਕੁਲ ਗੁਰਪ੍ਰੀਤ, ਦੇਖੋ ਕੀ ਹੁੰਦਾ ਕਿ ਜਦੋਂ ਵੀ ਅਸੀਂ ਕਹਿ ਲਈਏ ਕਿ ਗੁਰੂ ਮਹਾਰਾਜ ਜੀ ਦੇ ਸਰੂਪ ਆਪਾਂ ਗੱਲ ਆਉਂਦੀ ਹੈ, ਚਾਹੇ ਅਸੀਂ ਕਿਸੇ ਵੀ ਦੇਸ਼ 'ਚ ਕਹਿ ਲਈਏ, ਤਾਂ ਕਾਬੁਲ ਤੋਂ ਇਹ ਦੋ ਸਰੂਪ ਜਿਹੜੇ ਹੈਗੇ ਨੇ ਇਹ ਆ ਰਹੇ ਹੈਗੇ ਨੇ। ਤੁਹਾਨੂੰ ਦੱਸ ਦਈਏ ਕਿ ਪੁਨੀਤ ਸਿੰਘ ਚੰਦੋਖ ਜਿਹੜੇ ਹੈਗੇ ਨੇ ਉਹਨਾਂ ਦੀ ਅਗਵਾਈ ਦੇ ਹੇਠ ਇਹ ਸਰੂਪ ਜਿਹੜੇ ਇੱਥੇ ਪਹੁੰਚ ਰਹੇ ਨੇ। ਤਾਂ ਇਸ ਨੂੰ ਲੈ ਕੇ ਹੀ ਜੇਕਰ ਅਸੀਂ ਕਾਬੁਲ ਸਰਕਾਰ ਦੀ ਗੱਲ ਕਰੀਏ, ਉੱਥੋਂ ਦੀ ਗਵਰਨਮੈਂਟ ਦਾ ਵੀ ਧੰਨਵਾਦ ਕੀਤਾ ਗਿਆ ਤੇ ਨਾਲ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ ਕਿ ਜਿਹੜੇ ਦਿੱਲੀ ਜਿਹੜੇ ਸਰੂਪ ਪਹੁੰਚ ਰਹੇ ਹੈਗੇ ਨੇ। ਕਿਉਂਕਿ ਕੀ ਹੁੰਦਾ, ਦੇਖੋ ਇਹ ਧਰਮ ਨਾਲ ਜੁੜੇ ਮਸਲੇ ਹੁੰਦੇ ਨੇ, ਤਾਂ ਇਹਨਾਂ ਨੂੰ ਮਰਿਆਦਾ ਦੇ ਅਨੁਸਾਰ ਕੋਈ ਵੀ ਧਰਮ ਦੀ ਅਸੀਂ ਗੱਲ ਕਰ ਰਹੇ ਹਾਂ, ਚਾਹੇ ਸਿੱਖ ਧਰਮ ਦੀ ਹੈ ਚਾਹੇ ਅਸੀਂ ਹਿੰਦੂ ਧਰਮ ਦੀ ਗੱਲ ਕਰ ਲਈਏ, ਤਾਂ ਇਸੇ ਨੂੰ ਲੈ ਕੇ ਜਿਹੜਾ ਧਾਰਮਿਕ ਭਾਵਨਾਵਾਂ ਜਿਹੜੀਆਂ ਹੁੰਦੀਆਂ ਨੇ ਇਹ ਜੁੜੀਆਂ ਹੁੰਦੀਆਂ ਨੇ। ਸੋ ਇਹ ਮਰਿਆਦਾ ਦੇ ਅਨੁਸਾਰ ਜਿਹੜੇ ਹੈ ਸਰੂਪ ਅੱਜ ਦਿੱਲੀ ਪਹੁੰਚਣ ਵਾਲੇ ਨੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਦੋ ਸਰੂਪ ਹੈਗੇ ਨੇ ਅਸੀਂ ਕਹਿ ਸਕਦੇ ਹਾਂ। ਠੀਕ ਹੈ, ਪਰਮ, ਫਿਲਹਾਲ ਦੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ